ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਹੂਲਤਾਂ ਪ੍ਰਦਾਨ ਕਰਵਾਉਣ ਲਈ 1 ਅਕਤੂਬਰ ਨੂੰ ਅਨਾਜ ਮੰਡੀਆਂ ਵਿੱਚ ਪੁਖਤਾ ਇੰਤਜ਼ਾਮ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਪਰ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਇਹਨਾਂ ਆਦੇਸ਼ਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਇਸ ਦੀ ਉਦਾਹਰਣ ਗੁਰਦਾਸਪੁਰ ਤੋਂ ਦੇਖਣ ਨੂੰ ਮਿਲੀ, ਜਿੱਥੇ ਅਨਾਜ ਮੰਡੀ ਵਿੱਚ ਕਿਸਾਨਾਂ ਲਈ ਨਾ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਕੋਈ ਗੁਸਲਖਾਨਾ ਬਣਵਾਇਆ ਗਿਆ, ਜਿਸ ਦੇ ਚੱਲਦਿਆਂ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਅਨਾਜ ਮੰਡੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਲੱਗੀ ਮੋਟਰ ਖਰਾਬ ਹੋਣ ਕਾਰਨ ਪਾਣੀ ਦੀ ਸਮੱਸਿਆ ਪੈਦਾ ਹੋਈ ਹੈ, ਜਿਸ ਨੂੰ ਠੀਕ ਕਰਵਾ ਦਿੱਤਾ ਗਿਆ। ਕੱਲ੍ਹ ਦੇ ਆਏ ਹਾਂ ਜੀ ਆਪਾਂ ਇੱਥੇ, ਅਤੇ ਅਜੇ ਤੱਕ ਕੋਈ ਖਰੀਦਦਾਰ ਨਹੀਂ ਆਇਆ ਇੱਥੇ, ਅਤੇ ਆਉਂਦੇ ਫੁੱਲੋ ਮਾਲ ਫੁੱਲੋ ਗਿੱਲਾ ਆ, ਮਾਲ ਤਾਂ ਸੁੱਕਾ ਹੁਣ ਤਾਂ ਛਡਾਉਣ ਵਾਲਾ ਹੋਇਆ ਜੇ, ਅਤੇ ਕੋਈ ਨਹੀਂ ਜਾਇਆ, ਕੱਲ੍ਹ ਬੈਠੇ ਹਾਂ ਇੱਥੇ, ਨਹੀਂ ਅਜੇ ਕੰਟੀਨ ਵੀ ਨਹੀਂ ਖੁੱਲ੍ਹੀ, ਅਜੇ ਆਉਂਦੇ ਕੰਟੀਨ ਵੀ ਨਹੀਂ, ਪਾਣੀ ਦੀ ਵੀ ਅੱਜ ਹੀ ਹਿਸਾਬ ਨਾਲ ਹੁਣ ਟੈਂਕੀ ਚੱਲੀ ਹੈ, ਪਹਿਲਾਂ ਕੱਲ੍ਹ ਪਾਣੀ ਦਾ ਪ੍ਰਬੰਧ ਕੋਈ ਨਹੀਂ ਹੈਗਾ, ਅਤੇ ਅੱਜ ਹੁਣੇ ਚੱਲੀ ਸਪਲਾਈ ਪਾਣੀ ਦੀ, ਅਤੇ ਕੰਟੀਨ ਕੋਈ ਨਹੀਂ ਹੈ, ਨਹੀਂ ਉਹ ਕੋਈ ਨਹੀਂ ਜੀ, ਉਹ ਟੈਂਟ ਕੋਈ ਨਹੀਂ ਲੱਗਾ ਅਜੇ, ਅਜੇ ਬਸ ਅੱਜ ਹੀ ਬੈਂਚ ਪਹੁੰਚਾਏ ਨੇ, ਕੁਰਸੀਆਂ ਅੱਜ ਲਾਈਆਂ ਨੇ, ਕਾਹਨੂੰ ਮੰਡੀ ਜੇ, ਨਹੀਂ ਤੱਕ ਨਹੀਂ ਜੇ ਕੋਈ ਆਇਆ। ਪਾਣੀ ਕਾ ਇੰਤਜ਼ਾਮ ਨਹੀਂ ਹੈ, ਮਾਰਫਿਟ ਕਮੇਟੀ ਸੇ ਲੈ ਕੇ ਆਤੇ ਹੈ, ਔਰ ਆਨੇ ਕਾ ਹੋ ਗਿਆ 10-15 ਰੋਜ਼ ਹੋ ਗਿਆ ਆਨੇ ਕਾ, ਪਾਣੀ ਕਾ ਸਾਧਨ ਨਹੀਂ ਹੈ, ਇਸ ਲਈ ਮਾਰਫਿਟ ਕਮੇਟੀ ਲੈ ਕੇ ਖਾਤੇ ਹੋਤੇ ਹੈ, ਪਾਣੀ ਪੀਤੇ ਹੈ। ਬੈਠੇ ਮਾਨ ਸਿੰਘ ਕੀ ਮੰਡੀ ਮੇ, ਮੰਡੀ ਮੇ ਪਾਣੀ ਨਹੀਂ ਆ ਰਹੀ ਹੈ, ਬਾਥਰੂਮ ਕੀ ਦਿੱਕਤ ਹੈ, ਬੰਦ ਹੈ। ਇਹ ਸਭ ਜਿਹੜਾ ਪਾਣੀ ਦਾ ਪ੍ਰਬੰਧ, ਜਿਹੜਾ ਅੰਦਰ ਮੋਟਰ ਲੱਗੀ ਉਹ ਥੋੜ੍ਹਾ ਜਿਹੀ ਰਿਪੇਅਰ ਕਰਾਉਣ ਵਾਲੀ ਸੀ, ਜਨਰੇਟਰ ਖਰਾਬ ਸੀ, ਉਹ ਅੱਜ ਕੰਪਲੀਟ ਕਰਾ ਦਿੱਤਾ ਵਾ, ਪਾਣੀ ਹੁਣ ਸਟਾਰਟ ਕਰ ਦਿੰਦੇ। ਪਿਓਮੈਨ ਹੈ, ਪਿਓਮੈਨ ਬੈਠਾ, ਵਾਟਰ ਕੂਲਰ ਲੱਗੇ ਆ, ਵਾਟਰ ਕੂਲਰ ਲੱਗੇ ਉੱਥੇ, ਪਿਓਮੈਨ ਬਕਾਇਦਾ ਬਹਿੰਦਾ ਵਾ, ਉਹ ਰੋਟੀ ਖਾਣ ਗਿਆ ਵਾ, ਆ ਜੂਗਾ।